ਹਾਂਜੀ ਕਿੱਦਾਂ ਸਾਰੇ ਸਾਰੇ ਪਾਸੇ ਵੀਡੀਓ ਪਹਚਾਓ ਜੀ ਤੁਸੀਂ ਵੀ ਆਪਣੇ ਵਿਚਾਰ ਦਿਓ ਸ਼ੁਰੂ ਕਰਦੇ ਆ ਜੀ ਜਿਹੜਾ ਮੈਂ ਕਹਿਣਾ ਹੁੰਨਾ ਟੈਲੀਸਕੋਪ ਛੱਡਿਆ ਆ ਉਸਨੇ ਤਸਵੀਰ ਭੇਜਤੀ ਆ ਉਹ ਵੀ ਦਿਖਾਉਨੇ ਆ ਜੀ ਤੇ ਇਹ ਦੁਨੀਆ 'ਚ ਕਿੰਨੇ ਲੋਕ ਆ ਤੇ ਉਹ ਕੀ ਕੀ ਕੰਮ ਕਰਦੇ ਤੁਸੀਂ ਦੱਸਿਓ ਤੁਸੀਂ ਇਹਨਾਂ 'ਚੋਂ ਕਿਹੜੇ ਆ ਸਾਰੇ ਤੁਸੀਂ ਦੇਖ ਸਕਦੇ ਆ ਜੀ ਪਈ ਕਿੰਨੇ ਬਿਲੀਅਨ ਲੋਕ ਕਿਹੜਾ ਕੰਮ ਕਰਦੇ ਆ ਸਾਰੇ ਕੁਛ ਕਿੰਨੇ ਬਿਲੀਅਨ ਲੋਕ ਵੇਚ ਲਿਆ ਕਿੰਨੇ ਬਿਲੀਅਨ ਕੰਸਟਰਕਸ਼ਨ ਦਾ ਕਰਦੇ ਆ ਭਾਈ ਜੋ ਵੀ ਆ ਤੇ ਕਿੰਨੇ ਦੀ ਉਮਰ 64 ਸਾਲ ਤੋਂ ਵੱਧਿਆ ਕਿੰਨੇ ਦੀ ਉਮਰ ਹੈਗੀ ਆ 0 ਤੋਂ 15 ਸਾਲ ਤੱਕ ਸਾਰਾ ਕੁਝ ਤੁਹਾਡੇ ਤੇ ਲਿਖਿਆ ਤੁਸੀਂ ਕਮੈਂਟਾਂ 'ਚ ਲਿਖਿਓ ਤੁਸੀਂ ਕਿਹੜਾ ਕੰਮ ਕਰਦੇ ਆ ਆਪਣੀ ਜ਼ਿੰਦਗੀ 'ਚ ਤੇ ਹੋਰ ਵੀ ਤੁਹਾਨੂੰ ਦਿਖਾਉਣਾ ਜੀ ਉੱਤੇ ਉਧਰ ਜਿਹੜਾ ਮੈਂ ਕਹਿੰਦਾ ਸੀ ਰੌਲਾ ਸਾਰਾ ਡਾਲਰ ਦਾ ਹੀ ਆ ਸੋ ਉਧਰ ਜੀ ਸਾਊਦੀ ਤੇ ਚੀਨ ਵਾਲਿਆਂ ਦੀ ਸੰਧੀ ਹੋਣ ਲੱਗੀ ਆ ਕਹਿੰਦੇ ਤੇਲ ਸਾਰਾ ਆਪਾਂ ਤੁਹਾਡੇ ਕਰੰਸੀ ਚ ਖਰੀਦਾਂਗੇ ਤੇ ਬਾਕੀ ਸਾਊਦੀ ਵਾਲਿਆਂ ਨੇ ਬਾਈਡਨ ਦੀ ਕਾਲ ਵੀ ਨਹੀਂ ਚੱਕੀ ਕਚਕੀ ਦਾ ਕਹਿੰਦਾ ਭਾਵ ਆ ਕਾਲ ਕਰਨ ਦੀ ਟਰਾਈ ਕੀਤੀ ਜੋ ਬਾਈਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਸਾਊਦੀ ਵਾਲੇ ਨਾਲ ਉਕਰ ਕਰੀ ਜਾਂਦੇ ਆ ਚੀਨ ਨਾਲ ਨੂੰ ਜਾਈ ਜਾਂਦੇ ਆ ਸਾਰੇ ਪਾਸੇ ਸ਼ੇਅਰ ਕਰਦੇ ਹੋਰ ਤਾਂ ਅੱਥ ਦਿਖਾਉਨੇ ਆ ਤੇ ਸ਼ੁਰੂ ਚ ਦੱਸੋ ਜੀ ਤੁਸੀਂ ਕਿਹੜਾ ਕੰਮ ਕਰਦੇ ਜਿੰਦਗੀ ਚ ਕਿਉਂਕਿ 7 ਬਿਲੀਅਨ ਤੋਂ ਵੱਧ ਵਾਦੀ ਆ ਉਹਨਾਂ ਚ ਅਸੀਂ ਸਾਰੇ ਆਉਂਦੇ ਆ ਤੇ ਮੈਂ ਹੈਗਾ ਜੀ ਵੀਡੀਓ ਪਾਉਣ ਦਾ ਕੰਮ ਕਰਦਾ ਜੀ ਤੇ ਮੈਂ ਭੋਲਾ ਭਗਤ ਤੇ ਗਾਂ ਦਿਖਾਉਨੇ ਆ ਜੀ ਆ ਜਾਓ ਸ਼ੁਰੂ ਕਰਦੇ ਆ ਦੇਖ ਸਕਦੇ ਆ ਜੀ ਯੂ ਐਸ ਡਾਲਰ ਲਈ ਖਤਰਾ ਹੋ ਗਿਆ ਕਿਉਂਕਿ 80% ਜਿਹੜਾ ਤੇਲ ਦਾ ਆਦਾਨ ਪ੍ਰਦਾਨ ਆ ਕਰਨ ਡਾਲਰ ਚ ਹੁੰਦਾ ਗੱਲ ਉੱਥੇ ਆ ਗਈ ਗਦਾਫੀ ਨੂੰ ਕਿਉਂ ਮਾਰਿਆ ਗਿਆ ਸੀ ਗਦਾਫੀ ਕਹਿੰਦਾ ਸੀ ਆਪਾਂ ਸਾਰੇ ਅਫਰੀਕੀ ਮੁਲਕਾਂ ਦਾ ਮਿਲ ਕੇ ਇੱਕ ਵੱਖਰਾ ਹੀ ਕਰੰਸੀ ਚਲਾਉਨੇ ਆ ਆਪਣੀ ਹਾਂਜੀ ਸੁਧਾਮ ਨੂੰ ਕਿਉਂ ਮਾਰਿਆ ਗਿਆ ਸੀ ਉਹ ਵੀ ਕਹਿੰਦਾ ਸੀ ਤੇਲ ਮੈਂ ਕਿਉਂ ਡਾਲਰ ਚ ਵੇਚਾ ਜਿਨ੍ਹਾਂ ਨੇ ਵੀ ਬਾਈ ਜੀ ਆਪਣੀ ਸਰੀ ਚੱਕੀ ਅਮਰੀਕਾ ਵਿਰੁੱਧ ਅਮਰੀਕਾ ਨੇ ਉਹਨਾਂ ਦੀ ਖੰਭ ਠੱਪਤੀ ਸੋ ਹੁਣ ਚੱਕਰ ਇੱਧਰ ਆ ਗਿਆ ਖੰਭ ਨਾ ਅਮਰੀਕਾ ਚੀਨ ਦੀ ਠੱਪ ਸਕਦਾ ਨਾ ਸਾਊਦੀ ਦੀ ਸਾਊਦੀ ਸਭ ਤੋਂ ਖਾਸ ਮਿੱਤਰ ਹੈ ਅਮਰੀਕਾ ਦਾ ਤੇ ਕਿਉਂਕਿ ਤੁਹਾਡੇ ਜਮਾਲ ਖਸ਼ੋਗੀ ਇੱਕ ਪੱਤਰਕਾਰ ਹੋਇਆ ਉਸ ਨੂੰ ਬਾਈ ਜੀ ਆਪਣੀ ਤੁਰਕੀ ਚ ਅੰਬੈਸੀ ਚ ਮਾਰਤਾ ਸੀ 사ウਦੀ ਵਾਲਿਆਂ ਨੇ ਸ਼ਰਿਆਮ ਸਾਰੀ ਦੁਨੀਆ ਦੇ ਪਰ ਇਹਨਾਂ ਦਾ ਕੁਝ ਨਹੀਂ ਕੀਤਾ ਪਰ ਸੋਚੋ ਚੋਤ 81 ਬੰਦਿਆਂ ਨੂੰ ਸ਼ਰਿਆਮ ਮੌਤ ਦੇ ਘਾਟ ਉਤਾਰਿਆ ਕਿਉਂਕਿ ਹੱਥ ਆਕਾ ਦਾ ਆ ਪਰ ਹੁਣ ਇਹ ਆਕਾ ਨੂੰ ਅੱਖਾਂ ਦਿਖਾਉਣ ਲੱਪੇ 사ウਦੀ ਵਾਲੇ ਅਮਰੀਕਾ ਨੂੰ 13 ਦੀ ਹੋਈ ਹੈ ਜੀ ਤੇ ਇਹ ਕਹਿੰਦੇ ਜੀ ਤੇਲ ਜਿਹੜਾ ਆਪਾਂ ਯੂਵਾਨ ਚ ਵੇਚਣਾ ਆ ਚੀਨ ਨੂੰ ਸੋ ਦਿਖਾਉਣੇ ਆ ਜੀ ਤੁਹਾਨੂੰ ਹੋਰ ਸੋ ਇਸ ਦੇ ਅੰਪੈਕਟ ਦੁਨੀਆ ਤੇ ਕੀ ਪੈ ਸਕਦੇ ਆ ਉਹ ਵੀ ਸਾਂਝਾ ਕਰਾਂਗੇ ਦੇਖ ਸਕਦੇ 15 ਮਾਰਚ ਦੀ ਇਹ ਨੀ ਉਦਾ ਤੇ ਬਾਕੀ ਪਹਿਲਾਂ ਆਪਾਂ ਨੂੰ ਇੰਡੀਆ ਤੋਂ ਸਭ ਤੋਂ ਵੱਧ ਦੇਖਦੇ ਪਹਿਲਾਂ ਥੋੜੀਆਂ ਗੱਲਾਂ ਆਪਾਂ ਜਿਹੜੀਆਂ ਸਾਡੇ ਪੰਜਾਬ ਨਾਲ ਜਾਂ ਇੰਡੀਆ ਨਾਲ ਰਿਲੇਟ ਕਰਦੀਆਂ ਉਹ ਕਰ ਲਈਏ ਬਾਕੀ ਬਾਅਦ ਚ ਤੇ ਬਾਕੀ ਇਹ ਕਾ ਦੇਖ ਸਕਦੇ ਆ ਜੀ ਦੁਨੀਆ ਜਿਹੜੀ ਆ ਬਹੁਤ ਵੱਡੀ ਐ ਸੀ ਕਹਿੰਦੇ ਦੁਨੀਆ ਦੀ ਆਬਾਦੀ ਹੋ ਗਈ ਦੁਨੀਆ ਦਾ ਭਰਾਵੋ ਬਹੁਤ ਜ਼ਿਆਦਾ ਵੱਡੀ ਐ ਇੱਕ ਪਾਸੇ ਦੇਖ ਸਕਦੇ ਆ ਰਸ਼ੀਆ ਆ ਜਿਹੜਾ ਕਿ ਨਾਰਥ ਕੋਰੀਆ ਤੋਂ ਸ਼ੁਰੂ ਹੋ ਕੇ ਫਿਨਲੈਂਡ ਤੇ ਖਤਮ ਹੁੰਦਾ ਆ ਤੇ ਜਿਹੜਾ ਅਮਰੀਕਾ ਦੇ ਨਾਲ ਵੀ ਜਾ ਲੱਗਦਾ ਆ ਦੇਖ ਸਕਦੇ ਆ ਸਾਰਾ ਰਸ਼ੀਆ ਆ ਤੁਸੀਂ ਨਕਸ਼ੇ 'ਚ ਦੇਖ ਸਕਦੇ ਆ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਰਸ਼ੀਆ ਤੇ ਇੱਕ ਪਾਸੇ ਛੋਟਾ ਜਿਹਾ ਦੇਸ਼ ਬੰਗਲਾਦੇਸ਼ ਆ ਤੁਸੀਂ ਇਸ ਤੋਂ ਵਾਈਡ ਆਈਡੀਆ ਲਾ ਸਕਦੇ ਆ ਵੀ ਦੁਨੀਆ ਸਾਰੀ ਖਾਲੀ ਪਈ ਆ ਹੁਣ ਜਿੱਦਾਂ ਤੁਸੀਂ ਦੇਖਿਆ ਹੋਣਾ ਕਸ਼ਮੀਰ ਫਾਈਲ ਦੇਖਣ ਤੋਂ ਬਾਅਦ ਸਾਰਿਆਂ ਸਿਨੇਮਿਆਂ 'ਚ ਇਹ ਕਿਹਾ ਜਾਂਦਾ ਵੀ 22 25-25 ਸਾਲ ਦੀਆਂ ਮੁਸਲਿਮ ਕੁੜੀਆਂ ਨਾਲ ਪਿਆਰ ਕਰੋ ਤੇ ਤੁਸੀਂ ਨਿਆਣੇ ਜੰਮੋ ਹਾਂਜੀ ਇਦਾਂ ਉਦਾਂ ਤੁਸੀਂ ਵੀ ਦੇਖ ਲਿਆ ਹੋਣਾ ਕਿਦਾਂ ਲੋਕਾਂ ਨੂੰ ਕਸ਼ਮੀਰ ਫਾਈਲ ਫਿਲਮ ਦੇ ਨਾਂ ਤੇ ਭੜਕਾਇਆ ਜਾ ਰਿਹਾ ਉਸ ਦੇ ਬਾਰੇ ਤਸੱਲੀ ਨਾਲ ਵੀਡੀਓ ਕਰਾਂਗੇ ਦੱਸਾਂਗੇ ਕਿਦਾਂ ਬ੍ਰੇਨ ਵਾਸ਼ ਕੀਤਾ ਜਾ ਰਿਹਾ ਸੋ ਦੇਖ ਸਕਦੇ ਆ ਤੇ ਇਹ ਵੀ ਜਿੱਦਾਂ ਮੈਂ ਦੱਸਦਾ ਹੁੰਦਾ ਇਹ ਵੀ ਪੋਲੈਂਡ ਦੇ ਬਾਰਡਰ ਤੇ ਰਸ਼ੀਆ ਦਾ ਸ਼ਹਿਰ ਆ ਸੋ ਇਹ ਹੈਗਾ ਬੰਗਲਾਦੇਸ਼ ਇਸ ਹਿੱਸੇ 'ਚ ਇਸੇ ਸੈਨੈਰੀਓ ਜਿਆਦਾ ਵਾਦੀ ਰਹਿੰਦੀ ਆ ਹਾਂਜੀ ਸਹੀ ਸੁਣਿਆ ਤੁਸੀਂ ਇੱਥੇ 17 ਕਰੋੜ ਦੇ ਲਗਭਗ ਲੋਕ ਰਹਿੰਦੇ ਆ ਬੰਗਲਾਦੇਸ਼ 'ਚ ਤੇ ਰੂਥ 'ਚ ਹੈਗੇ ਆ 14 ਕਰੋੜ ਸੋ ਤੁਸੀਂ ਦੇਖ ਸਕਦੇ ਆ ਸੋ ਬਾਈ ਜੀ ਕਿੱਥੇ ਕਿੰਨੇ ਕ ਹਿੱਸੇ ਚ ਕਿੰਨੇ ਲੋਕ ਰਹੀ ਜਾਂਦੇ ਤੇ ਸਾਰਾ ਰਸ਼ੀਆ ਖਾਲੀ ਵੀ ਪਿਆ ਆ ਤੇ ਹੋਰ ਦਿਖਾਉਣੇ ਆ ਬਾਈ ਜੀ ਪਹਿਲਾਂ ਗੱਲ ਆਪਾਂ ਆਪਣੀ ਇਧਰੋਂ ਇੰਡੀਆ ਦੀਆਂ ਥੋੜੀਆਂ ਦੋ ਚਾਰ ਗੱਲਾਂ ਸਾਂਝੀਆਂ ਕਰ ਲਈਏ ਫਿਰ ਰਸ਼ੀਆ ਰੁਸ਼ੀਆ ਫਿਰ ਦੇਖਾਂਗੇ ਬਾਈ ਜੀ ਪੈਰਾਸ਼ੂਟ ਤੇਲ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇਸ ਦੇਖ ਤੁਹਾਨੂੰ ਤੱਤ ਸਾਂਝਾ ਕਰਦਾ ਆ ਇਹ ਦੇਖ ਸਕਦੇ ਆ ਇਹ ਬਾਲਾਂ ਨੂੰ ਲਾਉਣ ਵਾਲਾ ਤੇਲ ਆ ਸਿਰ ਦੇ ਬਾਲਾਂ ਨੂੰ ਤੁਸੀਂ ਆਪਾਂ ਵੀ ਛੋਟੇ ਹੁੰਦੇ ਲਾਉਂਦੇ ਰਹੇ ਆ ਤੇ ਬਾਈ ਜੀ ਇਹ ਕੰਪਨੀਆਂ ਇੰਡੀਆ ਚ ਕਈ ਆ ਜਿਹੜੀਆਂ ਟੈਕਸ ਬਚਾਉਣ ਦੀ ਖਾਤਰ ਕੀ ਕੀ ਕਰਦੀਆਂ ਇਸ ਤੇਲ ਨੂੰ ਉਹਨਾਂ ਨੇ ਰਜਿਸਟਰਡ ਕਰਾਇਆ ਆ ਐਦੀਵਲ ਆਇਲ ਪਈ ਤੁਸੀਂ ਇਸ ਨੂੰ ਖਾ ਵੀ ਸਕਦੇ ਆ ਖਾਣ ਵਾਲਿਆਂ ਚ ਇਸ ਨੂੰ ਕਰਾਇਆ ਆ ਜੇ ਇਹਨੂੰ ਕੋਸਮੈਟਿਕ ਚ ਉਹ ਕਰਾਉਂਦੇ ਰਜਿਸਟਰਡ ਤਾਂ ਉਹਨਾਂ ਤੇ ਟੈਕਸ ਬਹੁਤ ਲੱਗਣਾ ਸੀਗਾ ਸੋ ਟੈਕਸ ਬਚਾਉਣ ਦੀ ਖਾਤਰ ਇਸ ਕੰਪਨੀ ਨੇ ਇਸ ਤੇਲ ਨੂੰ ਕਰਾਇਆ ਆ ਪਿਖਾਣ ਵਾਲਿਆਂ ਤੇਲਾਂ ਚ ਹਾਂਜੀ ਦੇਖ ਸਕਦੇ ਆ ਤੇ ਇਹਦੇ ਬਾਰੇ ਤੁਸੀਂ ਵੀ ਪੜ੍ਹ ਸਕਦੇ ਆ ਪੈਰਾਸ਼ੂਟ ਦੇ ਪਿੱਛੇ ਟੈਗਸ ਲਿਖਦੇ ਹੋ ਸਾਰਾ ਤੁਹਾਨੂੰ ਡੀਪਲੀ ਆ ਜਾਣਾ ਜਿਹੜੀ ਕਿਟਕੈਟ ਅਸੀਂ ਖਾਂਦੇ ਆ ਉਸ ਨੂੰ ਚਾਕਲੇਟ ਨਹੀਂ ਉਸ ਨੂੰ ਉਹਨਾਂ ਨੇ ਬਿਸਕੁਟ ਦੇ ਤੌਰ ਤੇ ਰਜਿਸਟਰਡ ਕਰਾਇਆ ਸੋ ਕਈ ਕਾਲੇ ਮਾਲਿਆ ਇੱਕ ਮਾਰੀਸ਼ਸ ਰੂਟ ਹੁੰਦਾ ਸੀ ਮਾਰੀਸ਼ਸ ਚ ਲੋਕ ਕੰਪਨੀਆਂ ਕਿਉਂ ਰਜਿਸਟਰਡ ਕਰਾਗੇ ਭਾਰਤ ਚ ਬਿਜ਼ਨਸ ਕਰਦੇ ਸੀ ਉਸ ਦੇ ਬਾਰੇ ਵੀ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਸੋ ਦੇਖ ਸਕਦੇ ਆ ਬਾਈ ਜੀ ਕਿੰਨੇ ਦਿਮਾਗੀ ਲੋਕ ਆ ਦਿਮਾਗੀ ਲੋਕਾਂ ਦੀ ਬਾਈ ਜੀ ਦੁਨੀਆ ਬਰੇ ਤੋਂ ਬਰੇ ਤੇ ਲੋਕ ਘਰੇ ਤੋਂ ਘਰੇ ਆ ਬਾਈ ਜੀ ਦੋ ਜਣਿਆਂ ਨੇ ਹਵਾ ਵੇਚਤੀ ਹਾਂ ਜੀ ਸਹੀ ਸੁਣਿਆ ਤੁਸੀਂ 에어 ਵੇਚਤੀ 에어 ਵੀ ਵੇਚੀ ਕਿੱਥੇ ਦੀ ਕੈਨੇਡਾ ਦੀ ਕਹਿੰਦੇ ਕੈਨੇਡਾ ਦੀ ਜਿਹੜੀ 에어 ਆ ਬਹੁਤ ਜ਼ਿਆਦਾ ਪਈ ਸ਼ੁੱਧ ਆ ਤੇ ਕਲੀਨ ਆ ਬਾਈ ਜੀ ਇਹ ਬੰਦਾ ਦੇਖ ਸਕਦੇ ਚੀਨਿਆਂ ਦਾ ਭਰਾ ਉਹ ਦਿਮਾਗ ਬਹੁਤ ਹੁੰਦਾ ਉਹ ਲਿਖਿਆ ਵੀ ਹੋਇਆ ਕੰਪਨੀ ਦਾ ਨਾ ਤੁਸੀਂ ਆਪਣੇ ਤੌਰ ਤੇ ਸਰਚ ਵੀ ਕਰ ਸਕਦੇ ਆ ਇਸ ਨੇ ਇਸ ਗੋਰੇ ਨਾਲ ਮਿਲ ਕੇ ਕੰਪਨੀ ਖੋਲੀ ਕਾਦੀ ਜੀ ਏਅਰ ਵੇਚਣ ਦੀ ਹਾਂਜੀ ਸਹੀ ਸੁਣਿਆ ਤੁਸੀਂ ਤੇ ਏਅਰ ਵੇਚ ਕੇ ਕਰੋੜਪਤੀ ਇਹ ਬਣ ਗਏ ਹਾਂਜੀ ਜੀ ਇਹ ਕਰੋੜਾ ਰੁਪਏ ਇਹਨਾਂ ਨੇ ਕਮਾ ਲਏ ਤੇ ਜਿਹੜਾ ਤੁਸੀਂ ਮੈਂ ਜਦੋਂ ਟਰੱਕ ਜਦੋਂ ਜਾਣਾ ਹੁੰਦਾ ਤੁਹਾਨੂੰ ਇੱਕ ਸ਼ਹਿਰ ਦਿਖਾਉਣਾ ਹੁੰਦਾ ਤੁਸੀਂ ਪੰਜਾਬੀ ਕਲਾਕਾਰਾਂ ਦੀਆਂ ਸਨੈਪਚੈਟ ਇੰਸਟਾਗ੍ਰਾਮ ਤੇ ਵੀ ਉਹਦੀਆਂ ਪੋਸਟਾਂ ਦੇਖੀ ਉਹਨੇ ਬੈਬ ਸ਼ਹਿਰ ਆਉਂਦਾ ਇੱਕ ਦੇਖ ਸਕਦੇ ਬੈਫਾ ਸੋ ਇਹ ਬੈਫ ਸ਼ਹਿਰ ਦੀ ਹਵਾ ਵੇਚਦੇ ਉੱਥੇ ਦੀ ਕਿਉਂਕਿ ਉੱਥੇ ਬਹੁਤ ਪਿਓਰ ਆ ਹਾਂਜੀ ਬਹੁਤ ਸੋਹਣੀ ਆ ਉਹ ਉੱਥੇ ਆਪਣੇ ਸਾਰੇ ਪੰਜਾਬੀ ਜਿਹੜੇ ਆਪਣੇ ਅਲਵਾਟਾ ਜਾਂ ਇੱਧਰ ਬ੍ਰਿਟਿਸ਼ ਕੋਲੰਬੀਆ ਚ ਰਹਿੰਦੇ ਸਾਰੇ ਬੈਫ ਇੱਕ ਵਾਰੀ ਗਏ ਹੋਣੇ ਆ ਸੋ ਦੇਖ ਸਕਦੇ ਉੱਥੇ ਦੀ ਇਹ 에ਅਰ ਭਰ ਭਰ ਕੇ ਡੱਬਿਆਂ ਚ ਬਾਈ ਜੀ ਕਰੋੜਪਤੀ ਬਣ ਗਿਆ ਇਹ ਚੀਜ਼ ਨਾ ਗੱਲ ਤਾਂ ਉਹੀ ਆ ਦਿਮਾਗ ਦੀ ਆ ਆਈਡੀਆ ਦੀ ਆ ਸੋ ਦੇਖ ਸਕਦੇ ਆ ਜੀ ਇਹ ਦੇਖੋ ਤੁਹਾਡੇ ਸਾਹਮਣੇ ਆ ਸੋ ਕੰਪਨੀ ਦਾ ਨਾਮ ਵੀ ਲਿਖਿਆ ਜੇ ਤੁਸੀਂ ਇਹ ਖਰੀਦਣੀ ਹੈ ਜੀ ਕੈਨੇਡਾ ਦੀ ਏਅਰ ਖਰੀਦ ਸਕਦੇ ਆ ਸੋ ਮਿਲਦੀ ਆ ਜੀ ਆਨਲਾਈਨ ਤੁਸੀਂ ਵੀ ਖਰੀਦ ਸਕਦੇ ਆ ਤੇ ਹੋਰ ਦਗਾਉਣੇ ਆ ਜੀ ਤੇ ਬਾਕੀ ਦੁਨੀਆ ਚ ਹਾਂਜੀ ਤੇ ਬਾਕੀ ਜਿਹੜਾ ਮੈਂ ਕਹਿਣਾ ਹੁੰਦਾ ਟੈਲੀਸਕੋਪ ਭੇਜਿਆ ਆ ਉਹਨਾਂ ਨੇ ਤੇ ਉਸਦੀ ਪਹਿਲੀ ਤਸਵੀਰ ਅੱਜ ਨਾਸਾ ਵਾਲਿਆਂ ਨੇ ਸਾਂਝੀ ਕਰਤੀ ਆ ਹੁਣ ਦੱਸੂਗੇ ਭਰਾਵੋ ਕੀ ਆ ਇਹ ਸਟਾਰ ਆ ਗੈਲੈਕਸੀ ਆ ਕੀ ਆ ਸੋ ਇਹ ਕਾਲਾ ਮਾਲਾ ਜਿਹਾ ਬਸ ਚਮਕਾ ਰਹੀ ਪੈਂਦੇ ਆ ਗਲੀ ਗਲੀ 10 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚਾ ਕਰਕੇ ਭੇਜਿਆ ਆ ਜੀ ਜੇਮਸ ਵੈਬ ਟੈਲੀਸਕੋਪ ਤੇ ਉਸ ਨੇ ਤਸਵੀਰ ਸਾਂਝੀ ਕੀਤੀ ਬਾਕੀ ਐਕਸਪਲੇਨ ਕਰੂਗੇ ਵੀ ਇਹ ਕੀ ਆ ਸੋ ਦੇਖ ਸਕਦੇ ਆ ਬਾਕੀ ਬਾਈ ਭਰਾਵੋ ਕੁਦਰਤ ਦੇ ਰੰਗ ਕੋਈ ਕੋਈ ਸਮਝ ਸਕਦਾ ਆ ਪਤਾ ਨਹੀਂ ਕੀ ਕੀ ਆ ਚਮਕਾਰਾ ਹੀ ਪੈਂਦੇ ਆ ਬਸ ਤੇ ਬਾਕੀ ਜਦੋਂ ਦੱਸੂਗਾ ਐਕਸਪਲੇਨ ਕਰੂਗੇ ਸਾਰਾ ਕੁਝ ਡੀਪਲੀ ਤੁਹਾਨੂੰ ਸਾਂਝੀ ਕਰਦਾਂਗੇ ਬਾਈ ਜੀ ਦੁਨੀਆ 'ਚ ਬਹੁਤ ਕੁਝ ਹੈ ਆਪਣੇ ਵਾਲੇ ਤਾਂ ਸਾਰਾ ਕੁਝ ਤੋੜ ਕੇ ਕਹਿੰਦੇ ਜੜ ਦੋ ਜੀ ਸੰਗ ਮਰ ਮਰ ਇਹ 1181 ਸਨ ਦੀ ਚਰਚ ਆ ਜੀ ਨਾਰਵੇ ਵਿੱਚ ਇਹ ਚ ਇੱਕ ਵੀ ਕਿੱਲ ਨਹੀਂ ਲਾਈ ਗਈ ਕੋਈ ਵੀ ਮੇਖ ਨਹੀਂ ਲਾਈ ਗਈ ਦੇਖ ਸਕਦੇ ਆ ਇਸ ਤਰ੍ਹਾਂ ਹੀ ਟਿਕੀ ਹੋਆ ਹਾਂਜੀ 1181 ਸਨ ਦੀ ਇਹ ਚਰਚ ਆ ਤੇ ਇਹ ਨਾਰਵੇਜ ਆ ਇਦਾਂ ਹੀ ਟਿਕੀ ਹੋ ਕੋਈ ਕਿੱਲ ਨਹੀਂ ਕੋਈ ਮੇਖ ਨਹੀਂ ਕੋਈ ਕੁਝ ਨਹੀਂ ਲਾਇਆ ਗਿਆ ਇਹ ਤੁਹਾਡੇ ਸਾਹਮਣੇ ਆ ਜੀ ਇਦਾਂ ਦੀਆਂ ਚੀਜ਼ਾਂ ਵੱਧੋ ਵੱਧ ਸਾਰਿਆਂ ਨਾਲ ਸਾਂਝੀਆਂ ਕਰਿਆ ਕਰੋ ਤਾਂ ਜੋ ਆਪਾਂ ਨੂੰ ਵੀ ਹੌਸਲਾ ਹੋਵੇਗਾ ਤੇ ਤੇ ਜੋ ਵੀ ਆ ਤੇ ਇਦਾਂ ਹੀ ਸਾਊਦੀ ਅਰਬੀਆ ਚ 4000 ਸਾਲ ਪੁਰਾਣਾ ਇੱਕ ਪੱਥਰ ਆ ਇਸ ਨੂੰ ਪਤਾ ਨਹੀਂ ਕਿਹੜੇ ਕਾੜੇ ਮਾੜੇ ਮਾਰ ਗਏ ਕਹਿੰਦੇ ਏਲੀਅਨ ਇਹਨੂੰ ਕਾੜੇ ਮਾੜੇ ਮਾਰ ਗਏ ਸੀ 4000 ਸਾਲ ਪੁਰਾਣਾ ਪਹਿਲਾਂ ਤਾਂ ਇਨੀ ਤਕਨੀਕ ਵੀ ਹੈ ਨਹੀਂ ਸੀ ਕਿ ਐਨ ਪ੍ਰੋਪਰ ਵਧੀਆ ਤਰੀਕੇ ਨਾਲ ਇਹ ਚ ਕੱਟ ਕਾਉਣ ਲਾ ਗਿਆ ਸੋ ਇਹਦੇ ਬਾਰੇ ਤੁਸੀਂ ਹੋਰ ਵੀ ਡੀਪਲੀ ਪੜ ਸਕਦੇ ਹੋ ਸਾਊਦੀ ਅਰਬੀਆ ਸਟੋਨ ਭਰ ਦਿਓ 4000 ਨਾਲ ਲਿਖ ਦਿਓ ਤੇ ਸਾਰਾ ਕੁਝ ਸਾਹਮਣੇ ਆ ਜਾਣਾ ਦੇਖੋ ਬਾਈ ਜੀ ਕਿੰਨੇ ਪਰਫੈਕਟ ਤਰੀਕੇ ਨਾਲ ਗ੍ਰਾਈਂਡਰ ਮਾਰ ਰਿਹਾ ਏਲੀਅਨ ਨਹੀਂ ਤੇ ਤੇ ਦੇਖ ਸਕਦੇ ਆ ਜੀ ਹੋਰ ਵੀ ਦਿਖਾਉਣੇ ਆ ਬਾਈ ਤੇ ਆ ਵੀ ਦੱਸਿਓ ਤੁਹਾਡੇ ਕੋਲ ਫੋਨ ਕਿਹੜਾ ਆ ਸੋ ਬਾਕੀ ਪਰਦੇਸਾਂ 'ਚ ਜਿਹੜੇ ਮੋਸਟਲੀ ਆਈਫੋਨ ਹੀ ਵਰਤਦੇ ਆ ਮੈਂ ਆਈਫੋਨ ਹੀ ਅੱਜ ਤੱਕ ਚਲਾਇਆ ਸੋ ਦੇਖ ਸਕਦੇ ਆ ਜੀ ਆ ਜਿਹੜਾ ਇਹ ਵਾਲਾ ਕਲਰ ਆ ਇਹ ਹੈਗਾ ਐਂਡਰੋਇਡ ਵਾਲਿਆਂ ਦਾ ਸੋ ਇੰਡੀਆ ਚ ਪੰਜਾਬ ਚ ਭਾਵੇਂ ਆਈਫੋਨ ਵਰਤਦੇ ਹੋਣਗੇ ਲੋਕ ਮੋਸਟ ਪਰ ਇੰਡੀਆ ਦੀ ਜੇ ਤੁਸੀਂ ਰੇਸ਼ੋ ਦੇਖੋ ਆਈਫੋਨ ਕਿਤੇ ਨਹੀਂ ਟਿਕਦਾ ਐਂਡਰੋਇਡ ਦੇ ਵਿਰੁੱਧ ਸੋ ਐਂਡਰੋਇਡ ਚ ਕਈ ਕੰਪਨੀਆਂ ਆ ਜਾਂਦੀਆਂ ਆ ਸੈਮਸੰਗ ਵੀ ਆ ਜਾਂਦੀ ਹੋਰ ਕੰਪਨੀਆਂ ਵੀ ਐਂਡਰੋਇਡ ਦਾ ਯੂਜ਼ ਕਰਦੀਆਂ ਆ ਸੋ ਕੱਲਾ ਸੈਮਸੰਗ ਨਹੀਂ ਦੇਖ ਸਕਦੇ ਤੁਸੀਂ ਦੱਸਿਓ ਬਾਈ ਜੀ ਕਿਤੋਂ ਵੀ ਤੁਸੀਂ ਦੇਖਦੇ ਆ ਸੌਰੀ ਸੋ ਜਪਾਨ ਅਮਰੀਕਾ ਇੰਗਲੈਂਡ ਚਲੋ ਤੇ ਇਹ ਨਾਲ ਚਾ ਚਲੋ ਆਈਫੋਨ ਦੀ ਥੋੜੀ ਹੈਗੀ ਹੈ ਨਾ ਮਾਰਕੀਟ ਪਰ ਇੰਡੀਆ ਚ ਤਾਂ ਆਈਫੋਨ ਦੀ ਮਾਰਕੀਟ ਇੰਨੀ ਹੈ ਨਹੀਂ ਕਿ ਉਹ ਕਿ ਮਹਿੰਗਾ ਵੀ ਬਹੁਤ ਆ ਤੇ ਚੀਨੀ ਕੰਪਨੀਆਂ ਥੋੜੀਆਂ ਸਸਤੀਆਂ ਵੀ ਪੈਦੀਆਂ ਤੁਸੀਂ ਦੱਸਿਓ ਜੀ ਤੁਹਾਡੇ ਕੋਲ ਕਿਹੜੀ ਕੰਪਨੀ ਦਾ ਫੋਨ ਆ ਕਮੈਂਟਾਂ ਚ ਦੱਸਿਓ ਸਾਰਿਆਂ ਦੇ ਕਮੈਂਟ ਦੇਖਾਂਗੇ ਤੇ ਦੇਖੋ ਜੀ ਆਪਣੇ ਇੰਡੀਆ ਚ ਐਪਲ ਦੀ ਮਾਰਕੀਟ ਇੰਨੀ ਤਕੜੀ ਹੈ ਨਹੀਂਗੀ ਐਪਲ ਕਿਤੇ ਚੌਥੇ ਪੰਜਵੇਂ ਸਥਾਨ ਤੇ ਆਉਂਦਾ ਹੁਣ ਇੰਡੀਆ ਚ ਇਹ ਸਭ ਨੂੰ ਪਤਾ ਹੀ ਆ ਤੇ ਹੋਰ ਵੀ ਦਿਖਾਉਣੇ ਆ ਜੀ ਤੁਹਾਨੂੰ ਤਸਵੀਰਾ ਦੋਕ ਤੇ ਚੀਨ ਦਾ ਇੱਕ ਚੀਜ਼ ਚੀਨ ਦੀ ਗੱਲ ਤੁਰੀ ਸੀ ਸੋ ਚੀਨ ਤੇਲ ਕਿੱਥੋਂ ਲੈਂਦਾ ਕਰੂਡ ਆਇਲ ਚੀਨ ਦਾ ਮੋਸਟਲੀ ਕਿੱਥੋਂ ਆਉਂਦਾ ਸੋ ਸਭ ਤੋਂ ਜ਼ਿਆਦਾ ਤਾਂ ਬਾਈ ਜੀ ਆਉਂਦਾ ਸਾਊਦੀ ਅਰਬੀਆ ਤੋਂ ਸੋ ਸਾਊਦੀ ਅਰਬੀਆ ਤੋਂ ਪਰਸੈਂਟੇਜ ਇਹਨਾਂ ਦੀ ਸਾਲਦਾਰ ਸਾਲ ਵੱਧ ਰਹੀ ਆ ਸੋ ਚੱਕਰ ਪਤਾ ਕੀ ਜੀ ਬਾਈ ਜੀ ਸਾਰੀ ਦੁਨੀਆ ਪੁੱਤਰ ਪੈਸੇ ਦੀ ਪੈਸੇ ਦੀ ਕਈ ਗੱਲ ਸੱਚੀ ਜਾਂਦੀ ਆ ਹਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ 사ऊदी ਅਰਬੀ ਵਾਲੇ ਹੈਗੇ ਤਾਂ ਚਲੋ ਆਪਣੇ ਮੁਸਲਿਮ ਭਾਈਚਾਰੇ ਦੇ ਆ ਸਾਰਾ 사ऊदी ਅਰਬੀਆ ਹਾਂਜੀ ਸੁੰਨੀ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪੀ ਚੀਨ ਚ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਸ਼ਰਿਆਮ ਮਾਰਿਆ ਜਾਂਦਾ ਆ ਬਧਿਕੀਆਂ ਕੀਤੀਆਂ ਜਾਂਦੀਆਂ ਰੋਹੰਗਿਆਂ ਮੁਸਲਿਮ ਨਾਲ ਇੰਨਾ ਕੁਝ ਕੀਤਾ ਜਾਂਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਆਪਣੇ ਪੈਸੇ ਨਾਲ ਆ ਉਹਨਾਂ ਨੂੰ ਆਪਣੇ ਵਪਾਰ ਨਾਲ ਆ ਸੋ ਸਾਊਦੀ ਅਰਬੀਆ ਕ੍ਰਾਸ ਕਰ ਗਿਆ ਜੀ ਰਸ਼ੀਆ ਨੂੰ ਸੋ ਰਸ਼ੀਆ ਪਹਿਲੇ ਸਥਾਨ ਤੇ ਸੀ ਜਿਹੜਾ ચીਨ ਨੂੰ ਤੇਲ ਦਿੰਦਾ ਸੀ ਕਰੂਡ ਆਇਲ ਹਾਂਜੀ ਕੱਚਾ ਮਾਲ ਜੋ ਵੀ ਤੇ ਹੁਣ ਸਾਊਦੀ ਅਰਬੀਆ ਪਹਿਲੇ ਸਥਾਨ ਤੇ ਆ ਸੋ ਦੇਖੋ ਬਾਕੀ ਇਹ ਲਿਸਟਾਂ ਜਿਹੜੀਆਂ ਇਹਨਾਂ ਚ ਇੱਕ ਜਿਹੜਾ ਦੇਸ਼ ਹੈ ਉਸਨੇ ਮੈਨੂੰ ਹੈਰਾਨ ਕੀਤਾ ਉਹ ਹੈਗਾ ਜੀ ਅੰਗੋਲਾ ਇਹ ਗਰੀਬ ਜਿਹਾ ਦੇਸ਼ ਆ ਜੀ ਅਫਰੀਕਾ ਕੰਟੀਨੈਂਟ ਚ ਦੇਖ ਸਾ ਤੇ 8% ਇਸ ਤੋਂ ચીਨ ਆਪਣਾ ਹੋ ਗਿਆ ਦਾ ਪਰ ਦੂਜੇ ਪਾਸੇ ਸਾਰੇ ਅਫਰੀਕਾ ਚ ਆਲਮੋਸਟ ਅਫਰੀਕਾ ਸਾਰੇ ਚ ચીਨ ਨੇ ਆਪਣਾ ਜਾਲ ਬਹੁਤ ਤਕੜਾ ਵਿਛਾ ਦਿੱਤਾ ਆ ਅਫਰੀਕਾ ਦੀ ਛੱਡੋ ਸ਼੍ਰੀਲੰਕਾ ਦੀ ਆ ਰਿਪੋਰਟ ਲੈ ਲਈਆਂ ਪਾਕਿਸਤਾਨ ਦੀ ਗਦਾਵਰ ਰਿਪੋਰਟ ਸੋ ਚੀਨ ਭਰਾਵੋ ਬੜਾ ਤਕੜਾ ਸੱਤ ਬਣ ਕੇ ਉੱਭਰ ਰਿਹਾ ਆਉਂਦੇ ਕੁਝ ਸਾਲਾਂ ਤੱਕ ਡਾਲਰ ਦੀ ਸਰਦਾਰੀ ਖਤਮ ਹੋਣ ਤੀ ਆ ਬਾਈ ਜੀ ਜੋ ਉਹੀ ਗੱਲ ਆ ਜਿਹੜਾ ਚੜਦਾ ਉਹ ਡੁੱਬਦਾ ਵੀ ਆ ਸੋ ਡਾਲਰ ਹੀ ਥੋੜੋ ਸਾਰੀ ਉਮਰ ਚੱਲੀ ਜਾਣਾ ਦੁਨੀਆ 'ਚ ਹਨਾ ਸੋ ਆਉਣ ਵਾਲਾ ਟਾਈਮ ਚੀਨਿਆਂ ਦਾ ਆ ਇਸ 'ਚ ਕੋਈ ਅਤਕਤਨੀ ਨਹੀਂ ਤੇ ਬਾਕੀ ਦੋਗ ਤਸਵੀਰਾਂ ਹੋ ਰਿਹਾ ਜੀ ਤੇ ਦੇਖੋ ਜੀ ਇਹ ਹੈਗਾ ਜੀ ਆਪਣੀ ਜੋ ਵੀ ਆਪਣੀ ਤੋ ਯੂਨੀਵਰਸ ਦੀ ਸਾਰੀ ਹੈ ਨਾ ਜਿੱਥੇ ਤੱਕ ਬੰਦਾ ਪਹੁੰਚ ਸਕਿਆ ਉਸ ਦੀ ਸਾਰਾ ਡਾਟਾ ਸੀ ਹੈ ਨਾ ਆਪਣੀ ਧਰਤੀ ਆ ਬਾਕੀ ਗ੍ਰਹਿ ਆ ਚੰਨ ਸੂਰਜ ਤੇ ਬਾਕੀ ਬਾਹਰ ਨਿਕਲ ਗਏ ਜੋ ਵੀ ਆ ਇਹ ਸਾਰੀ ਉਹਦੀ ਤਸਵੀਰ ਹੈ ਚਲੋ ਇਹ ਤੇ ਵੱਡੀ ਨਹੀਂ ਸ਼ੋ ਹੋਈ ਕਿਸੇ ਦਿਨ ਵੱਡੀ ਸ਼ੋ ਕਰਨ ਦੀ ਟਰਾਈ ਕਰਾਂਗੇ ਸਾਰੇ ਗ੍ਰਹਾਂ ਦੇ ਨਾਂ ਆ ਜੋ ਵੀ ਕੁਝ ਹੈ ਨਾ ਸੋ ਬਾਹਰ ਗੈਲੈਕਸੀਆਂ ਕਿਹੜੀ ਗੈਲੈਕਸੀ ਵਿੱਚ ਅਸੀਂ ਰਹਿੰਦੇ ਆ ਸੋ ਵਧੀਆ ਲੱਗੀ ਐ ਮੈਨੂੰ ਤੇ ਮੈਂ ਫੋਨ 'ਚ ਸੇਵ ਕਰ ਲਈ ਮਗਾ ਚਲੋ ਸਾਂਝੀ ਵੀ ਕਰ ਦਿੰਨੇ ਆ ਤੇ ਬਾਕੀ ਭਰਾਵੋ ਹੋਰ ਦੋ ਗੱਲਾਂ ਸ਼ੇਅਰ ਕਰਦੇ ਆ ਤੇ ਬਾਕੀ ਸ਼ੇਅਰ ਕਰਿਓ ਜੀ ਵੱਧੋ ਵੱਧ ਤੇ ਇਹ ਤਸਵੀਰ ਇੱਕ ਆ ਵੀ ਮੈਨੂੰ ਸੋਹਣੀ ਜੀਆਂ ਲੱਗਦੀਆਂ ਰਹਿਣੀਆਂ ਚਲੋ ਸਾਂਝੀ ਕਰਦੇ ਇਹਦੀ ਪਲੇਟਫਾਰਮ ਹੈਗਾ ਸੋ ਆਏ ਦੇਖ ਸਕਦੇ ਜਣ ਜੀ ਸਪੇਸ ਸਟੇਸ਼ਨ ਜਾਂਦਾ ਪਿਆ ਆ ਤੇ ਸਾਡੀ ਗੈਲੈਕਸੀ ਆ ਜਿੱਚਾ ਆਪਾਂ ਰਹਿੰਦੇ ਆ ਜੀ ਮਿਲਕੀਵੇ ਗੈਲੈਕਸੀ ਸੋ ਇਹ ਸਾਡੀ ਗੈਲੈਕਸੀ ਮਿਲਕੀਵੇ ਗੈਲੈਕਸੀ ਜਿੱਚ ਸਾਡਾ ਸੋਲਰ ਸਿਸਟਮ ਆ ਤੇ ਇਹ ਜਾ ਰਿਹਾ ਜੀ ਇੰਟਰਨੈਸ਼ਨਲ ਸਪੇਸ ਸਟੇਸ਼ਨ 7 ਕਿਲੋਮੀਟਰ ਪ੍ਰਤੀ ਸਕਿੰਟ ਦੀ ਸਪੀਡ ਨਾਲ ਇਹ ਹੈਗੀ ਅਮਰੀਕਾ ਦੇ ਕਿਸੇ ਸ਼ਹਿਰ ਦੀ ਤਸਵੀਰ ਆ ਸੋ ਬਹੁਤ ਸੋਹਣੀ ਲੱਗੀ ਤਸਵੀਰ ਮੈਂ ਕਿਹਾ ਸਾਂਝੀ ਕਰਦੀਏ ਤੇ ਜਾਂਦਾ ਜਾਂਦਾ ਦੇਖ ਸਕਦੇ ਆ ਜੀ ਕਿਟਕੈਟ ਜਿਹੜਾ ਕਿ ਚਾਕਲੇਟ ਆ ਉਹਨਾਂ ਨੇ ਆਪਣੇ ਆਪ ਨੂੰ ਬਿਸਕੁਟ ਦੇ ਤੌਰ ਤੇ ਰਜਿਸਟਰਡ ਕਰਾਇਆ ਹੋਇਆ ਬਿਕਸ ਨੇ ਮੈਡੀਸਨ ਦੇ ਤੌਰ ਤੇ ਪੈਰਾਸ਼ੂਟ ਆਇਲ ਆ ਜਿਹੜਾ ਕੋਕੋਨਟ ਆਇਲ ਆ ਸੋ ਇਹ ੜੀ ਵਲ ਹੁੰਦਾ ਵੀ ਖਾਣ ਵਾਲਾ ਸੋ ਖਾਣ ਪੀਣ ਵਾਲਾ ਹਾਂਜੀ ਸੋ ਇਹਨਾਂ ਨੇ ਕਈ ਉਹ ਕੋਸਮੈਟਿਕ ਕਾਲੇਜ ਨਹੀਂ ਪੈਰਾਸ਼ੂਟ ਨੂੰ ਰਜਿਸਟਰਡ ਕਰਾਇਆ ਕੋਕੋਨਟ ਆਇਲ ਨੂੰ ਕਿਉਂਕਿ ਉਸ 'ਚ ਟੈਕਸ ਬਹੁਤ ਪੈਣਾ ਸੀ ਸੋ ਬਹੁਤ ਜੀ ਲੂਪ ਹੋਲ ਹੁੰਦੇ ਸਾਰੇ ਪਾਸੇ ਸਾਰੀ ਦੁਨੀਆਦਾਰੀ ਹੈ ਨਾ ਸਾਰੇ ਦੇਸ਼ਾਂ 'ਚ ਸੋ ਐਵੇਂ ਹੀ ਥੋੜੋ ਕੋਈ ਕੰਪਨੀਆਂ ਤਰਕੀਆਂ ਕਰਦੀਆਂ ਹੁਣ Amazon ਵਾਲਾ ਦੁਨੀਆ ਦੇ ਪਹਿਲੇ ਸਥਾਨ ਤੇ ਪਹੁੰਚਿਆ ਸੋ ਇਦਾਂ ਹੀ ਆ ਘਪਲੇ ਬਾਜ਼ੀਆਂ ਕਰਕੇ ਹੀ ਆ ਜੇ ਸਾਰੇ ਸਾਰਿਆਂ ਨੂੰ ਸਾਰਿਆਂ ਦਾ ਹੱਕ ਦੇਣ ਲੱਪਣ ਫੇਰ ਕਿੱਥੋਂ ਭਰਾਵੋ ਤੇ ਬਾਕੀ ਜਾਂਦੇ ਜਾਂਦੇ ਦੋ ਤਸਵੀਰਾਂ ਸੱਚ ਆ ਵੀ ਸ਼ੇਅਰ ਕਰਦੀ ਏ ਆ ਜੀ ਸ਼ਹਿਰ ਬਹੁਤ ਵਧੀਆ ਲੱਗਾ ਮੈਨੂੰ ਇਹ ਵੀ ਸਾਂਝਾ ਕਰ ਦਿੰਨੇ ਆ ਇਹ ਰੇਗਿਸਤਾਨ ਚ ਆ ਤੇ ਆਪਣੇ ਪੇਰੂ ਦੇਸ਼ ਆ ਦੇਖ ਸਕਦੇ ਆ ਰੇਗਿਸਤਾਨ ਆ ਸਾਰੇ ਪਾਸੇ ਕਿਲੋਮੀਟਰ ਕਈ ਦੂਰ ਤੱਕ ਰੇਗਿਸਤਾਨ ਹੀ ਆ ਸਾਰਾ ਉਸਦੇ ਇੱਕ ਹਿੱਸੇ 'ਚ ਥੋੜਾ ਜਿਹਾ ਪਾਣੀ ਆ ਤੇ ਉਸਦੇ ਆਲੇ-ਦੁਆਲੇ ਸ਼ਹਿਰ ਆ ਬਹੁਤ ਸੋਹਣਾ ਸ਼ਹਿਰ ਆ ਜੀ ਸੋ ਇਦਾਂ ਦੀਆਂ ਤਸਵੀਰਾਂ ਹੋਰ ਵੀ ਸਾਂਝੀਆਂ ਕਰੀਆਂ ਕਰਾਂਗੇ ਕਿਉਂਕਿ 200 ਤੋਂ ਵੱਧ ਦੇਸ਼ ਆ ਹਾਂ ਜੀ ਸੋ ਨੈਟ ਨੇ ਦੁਨੀਆ ਬਹੁਤ ਛੋਟੀ ਕਰਤੀ ਆ ਸੋ ਇਦਾਂ ਦੀਆਂ ਹੋਰ ਵੀ ਤਸਵੀਰਾਂ ਸਾਂਝੀਆਂ ਕਰਾ ਕਰਾਂਗੇ ਤੇ ਦੇਖ ਸਕਦੇ ਆ ਜੀ ਇਹ ਤੇ ਬਾਕੀ ਓਕੇ ਜੀ ਸਾਰਿਆਂ ਨੂੰ ਰਿਕੁਐਸਟ ਆ ਜੀ ਕਲਿੱਕ ਕਰ ਦਿਆ ਕਰੋ ਭਰਾਵੋ ਤੇ ਕਲਿੱਕਾਂ ਬਹੁਤ ਘੱਟ ਹੁੰਦੀਆਂ ਤੇ ਬਾਕੀ ਆਪਣਾ ਨੂੰ ਆਪਾਂ ਤੇ ਸਾਡੇ ਵਿਰੁੱਧ ਵੀਡੀਓ ਵੀ ਬਹੁਤ ਪੈ ਰਹੀਆਂ ਭਲੀ ਕਰੇ ਕਰਤਾਰ ਕੋਈ ਚੱਕਰ ਨਹੀਂ ਬਾਈ ਜੀ ਤੁਹਾਡਾ ਪਿਆਰ ਚਾਹੀਦਾ ਆਪਾਂ ਕਿਹੜਾ ਕਿਸੇ ਨੂੰ ਗਾਲਾਂ ਦਿੱਤੀਆਂ ਜਾਂ ਕੁਝ ਮਾੜਾ ਗਿਆ ਜੋ ਹੈ ਸੋ ਹੈ ਸਭ ਨੂੰ ਪਤਾ ਹੀ ਆ ਤੇ ਜਾਂਦੇ ਜਾਂਦੇ ਰਿਕੁਐਸਟ ਹੈ ਜੀ ਕਲਿੱਕ ਕਰ ਦਿਆ ਕਰੋ ਤੇ ਦੇਖ ਸਕਦੇ ਆ ਜੀ ਸਿਰਫ 160 ਛੇ ਕੋਈ ਚੱਕਰ ਨਹੀਂ ਬਾਈ ਤੇ ਦੇਖ ਸਕਦੇ ਆ ਤੇ ਬਾਕੀ ਇਦਾਂ ਲਿੰਕ ਓਪਨ ਹੋ ਜਾਣਾ ਜੀ ਇੱਕ ਸਿਰੇ ਤੇ ਐਡ ਆਉਣੀ ਆ ਇੱਕ ਆਪਣੇ ਸਿਰ ਤੇ ਬੱਸ ਮੜ ਜਾ ਕਲਿੱਕ ਕਰ ਦਿਓ ਭਰਾਵੋ ਆਪਾਂ ਕਿਹੜਾ ਹੁਣ ਫਿਰ ਜੇ ভাই ਮੇਰੇ ਵਿਰੁੱਧ ਕਿਸੇ ਖਾਸ ਸਟੇਸ਼ਨ ਨੇ ਜਾਂ ਕਿਸੇ ਨੇ ਵੀਡੀਓ ਪਾਈ ਆ ਮੈਨੂੰ ਲਿੰਕ ਮਿਲਿਆ ਚਲੋ ਦੇਖ ਲੈਣੇ ਆ ਸਵੇਰ ਨੂੰ ਬਾਤਲਾਫ ਕਰਾਂਗੇ ਓਕੇ ਜੀ ਪਾਉਨੇ ਆ ਫਿਰ ਮਿਲਦੇ ਆ ਸਵੇਰ ਨੂੰ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਵੱਧ ਵਧ ਸ਼ੇਅਰ ਕਰਿਓ ਕਲਿੱਕ ਕਰਿਓ ਸ਼ੁਕਰੀਆ ਹੱਸਦੇ ਰਹੋ ਵਸਦੇ ਰਹੋ ਅਦਿਓਸ